इस समय हम टिकरी बॉर्डर पर मौजूद हैं अगर बात करें पुराने ट्रैक्टर जो किसान यहाँ पर लाए हैं तो कई ट्रैक्टर सड़कों पर मॉडिफाई जो करवाए गए थे दौड़ते हुए दिखाई दिए तो आज मार्च का जो हिस्सा बनेंगे उसमें कई पुराने ट्रैक्टर भी हैं तस्वीरों के माध्यम से आप देख सकते हैं कि पुराने ट्रैक्टर जो हैं किसानों की तरफ से जो लाए गए हैं तो अलग अलग तरीके से जो ट्रैक्टर तैयार करवाए गए हैं इस आंदोलन में ट्रैक्टर परेड में जो शामिल होने हैं तो बातचीत करेंगे कि किसानों की तरफ से जो पुराने ट्रैक्टर हैं वो भी यहाँ पर लाए गए हैं क्या नाम है कौन से ज़िले से हैं आप पुराने ट्रैक्टर देख रहे हैं हम यहाँ से तो कई ट्रैक्टर ऐसे भी हैं जिनमें काफ़ी स्टेयरिंग की बात हो या आगे कुछ मॉडिफाई अलग तरीके से करवाया गया है ये क्या चीज़ है आपके पुराने ट्रैक्टर ਆਪ ਇਹ ਟਰੈਕਟਰ ਮੋਡੀਫਾਈ ਕਰਵਾਇਆ ਜਾਂ ਆਪਨੇ ਸਰਵਿਸ ਕਰਵਾਈ ਆ ਇਹ ਖੜੇ تھے ਜਾਂ ਰੈਗੂਲਰ ਚਲਾਤੇ ਤੇ ਆਪ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੂੰ ਅੱਛਾ ਤੁਸੀਂ ਗੱਲ ਕੀਤੀ ਆ ਜੀ ਪੁਰਾਣੇ ਟਰੈਕਟਰ ਮੋਡੀਫਾਈ ਕਰਾਉਣ ਦੀ ਤਾਂ ਦੇਖੋ ਕਿਸਾਨ ਦਾ ਦਰਦ ਸਮਝੋ ਕਿਸਾਨ ਕੋਲੇ ਇੰਨਾ ਪੈਸਾ ਨਹੀਂ ਹੈ ਉਹ ਮਸਾਂ ਦੋ ਟਾਈਮ ਦੀ ਪਰਪੇਟ ਰੋਟੀ ਖਾਂਦਾ ਤੇ ਜੇ ਉਹਨੂੰ ਕਿਤੇ ਵਿਆਹ ਸ਼ਾਦੀ ਆ ਜਾਏ ਜਾਂ ਕਿ ਉਹਦੇ ਤੇ ਵਿਫਤਾ ਪੈ ਜਾਏ ਬਿਮਾਰੀ ਆ ਜਾਏ ਤੱਕਿਆ ਜੀ ਉਹ ਆਰਤੀ ਉਤੋਂ ਜਾਂਦਾ ਉਹ ਵੀ 10 ਚੱਕਰ ਲਾਉਂਦਾ ਜੀ ਆੜਤੀਆ ਇੱਕ ਭਰੋਸੇ ਤੇ ਉਹਨੂੰ ਪੈਸਾ ਦਿੰਦਾ ਕਿ ਇਹਦੇ ਕੋਲੇ ਫਸਲ ਹੈ। ਹੂੰ ਨੰਬਰ 2 ਤੇ ਛੋਟਾ ਜ਼ਿਮੀਂਦਾਰ ਆ ਜਿਹੜਾ ਉਹ ਕਿਉਂ ਆਪਣਾ ਪੰਗਾ ਲੈਂਦਾ ਵੱਡੇ ਕੰਮ ਕਰਨ ਦਾ ਕਿਉਂਕਿ ਛੋਟੇ ਨੂੰ ਆੜਤੀਆ ਨਹੀਂ ਲਾ ਰਿਹਾ ਜੀ ਕੋਈ। ਫਸਲ ਦੇ ਵਿਸ਼ਵਾਸ ਨੂੰ ਆੜਤੀਆ ਪੈਸਾ ਦਿੰਦਾ ਨਾ ਕਿ ਕਿਸੇ ਬੰਦੇ ਦੇ ਵਿਸ਼ਵਾਸ ਨੂੰ। ਹੂੰ ਨਮਾ ਦਿਖਾਉਣਾ ਚਾਹੁੰਗਾ ਜੇ ਕੈਮਰਾਮੈਨ ਦੇਖਣ ਤਾਂ ਕਿ ਮੈਂ ਇਹਨੂੰ ਕਿੰਨਾ ਕ ਮੋਡੀਫਾਈ ਕਰਾ ਸਕਿਆ। ਸਰਪੇ ਦੇ ਆਦ ਐਂਡ ਚਾਰ ਬਦਲਾ ਸਕਿਆ ਜੀ ਇੰਨੀ ਮੇਰੀ ਔਕਾਤ ਸੀ ਉਦੋਂ ਵੱਧ ਪੈਸਾ ਨਹੀਂ ਮੇਰੇ ਕੋਲੇ ਉਹ ਵੀ ਤਾਂ ਕਰਾਇਆ ਕਿ ਕਿਤੇ ਰਸਤੇ ਦੇ ਵਿੱਚ ਇਹਦਾ ਸਟੀਅਰਿੰਗ ਨਾ ਖੁੱਲ ਜੇ ਤੇ ਕੋਈ ਹਾਦਸਾ ਨਾ ਵਾਪਰ ਜੇ ਮੈਂ ਵੀ ਮਰ ਸਕਦਾ ਸੀ ਜਾਂ ਇਹ ਖੁੱਲ ਜਾਂਦਾ ਇਹਦੇ ਮਗਰ ਚਾਰ ਟਰੈਕਟਰ ਹੋਰ ਸੀਗੇ ਜੀ ਚਾਰ ਟਰੈਕਟਰ ਕਿਉਂ ਪਾਏ ਉਹਦਾ ਰੀਜ਼ਨ ਵੀ ਦੱਸਦਾ ਕਿਉਂਕਿ ਸਾਡੇ ਕੋਲੇ ਇੰਨਾ ਤੇਲ ਪਾਉਣ ਨੂੰ ਹੀ ਪੈਸਾ ਹੈ ਨਹੀਂ ਇੱਕ ਚ ਪਾਲਿਆ ਜੀ ਚਾਰ ਅਸੀਂ ਲੈ ਕੇ ਆਂਦੇ ਆ ਇੱਕ ਤਾਂ ਸਾਡੇ ਕੋਲੇ ਪੈਸਾ ਹੈ ਨਹੀਂ ਨਾ ਦੂਜੇ ਨੰਬਰ ਤੇ ਅਸੀਂ ਇਨਸਾਨੀਅਤ ਦਾ ਕੰਨ ਨਹੀਂ ਕਰ ਸਕਦੇ ਪ੍ਰਦੂਸ਼ਣ ਨਹੀਂ ਫਲਾ ਸਕਦੇ ਠੀਕ ਹੈ ਜੀ ਇਹਨਾਂ ਗੱਲਾਂ ਨੂੰ ਕਿਸਾਨ ਸੋਚ ਕਿਤਨਾ ਕਿਤਨਾ ਮਾਡਲ ਹੈ ਇਹ ਇਹ 99 uh, 89 ਮਾਡਲ ਹੈ ਜੀ ਇਹ ਕਿਤਨੇ ਕਿਤਨੇ ਟਰੈਕਟਰ ਹੈ یہاں ਪਰ ਹਮ ਕਾਫੀ ਟਰੈਕਟਰ ਦੇਖ ਰਹੇ ਹਾਂ ਜੋ ਪੁਰਾਣੇ ਆ ਕਿਤਨੇ ਮਾਡਲ ਵਾਲੇ ਆ ਇਹ ਇੱਥੇ ਜੀ ਸਾਰੇ 98 ਮਾਡਲ ਤੋਂ ਥੱਲੇ ਆ ਜੀ ਜੀ ਸਾਰੇ 98 ਮਾਡਲ ਤੋਂ ਥੱਲੇ ਆ ਜੀ ਇੱਥੇ ਟਰੈਕਟਰ ਜਿੰਨੇ ਵੀ ਹੈਗੇ ਆ 8 ਟਰੈਕਟਰ ਆ 3 ਟਰਾਲੇ ਆ ਜੀ ਜੀ ਤੇ ਅਸੀਂ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਹੂੰ ਇਥੋਂ 4 1/2 450 ਕਿਲੋਮੀਟਰ ਪੈਂਦਾ ਜੀ ਉੱਥੋਂ ਆਏ ਹੋਏ ਆ ਸਾਨੂੰ ਕੋਈ ਚਾ ਨਹੀਂਗਾ ਜੀ ਦੇਖੋ ਇਧਰ ਕਿੰਨੀ ਜ਼ਮੀਨ ਹੈ ਕਿਉਂਕਿ ਅਗਰ ਹਮ ਬਾਤ ਕਰੇ ਮੇਰੇ ਕੋਲ 2 ਏਕੜ ਜ਼ਮੀਨ ਹੈ ਜੀ ਜੀ Uh, कुछ एक जो नौजवान है उनके ट्रैक्टर कुछ अलग भी दिख रहे हैं उस चीज़ को आप कैसे देखते हैं क्योंकि यहाँ पर किसानी संघर्ष चल रहा है और जो आप बात कर रहे हैं कि कर्जा किसानों के ऊपर चढ़ा हुआ है कुछ एक ऐसी चीज़ें भी है वो आपको भी पता है कि कैसे कुछ एक जैसे आपने बताया कि ज़रूरी जो चीज़ें आपने वो रिपेयर करवाई सामान डलवाया कुछ एक अनसेसरली चीज़ें जिनको हम बोल सकते हैं आप मानेंगे कि वो चीज़ गलत है या सही है जो कई करवा रहे हैं देखो जी मैं तो जे व्ध घट बोल गया पहला माफ़ी चाहना क्योंकि मैं लीडर नहीं गाँगा ਕਿਸਾਨ ਅ اچھا ਦੇਖੋ ਮੈਂ ਤਾਂ ਉਹ ਹੁੱਲੜ ਬਾਜੀ ਮੰਨਦਾ ਹਾਂ ਜੀ ਗਲਤ ਗੱਲ ਹੈ ਨਹੀਂ ਆਪਾਂ ਨੂੰ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜੀ ਚਾਹੇ ਤਾਂ ਉਹ ਧੁਨੀ ਪ੍ਰਦੂਸ਼ਣ ਹੋਵੇ ਚਾਹੇ ਬਾਜੂ ਪ੍ਰਦੂਸ਼ਣ ਹੋਵੇ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਜੀ ਕਿਉਂਕਿ ਆਪਾਂ ਨੂੰ ਸ਼ਾਂਤੀਪੂਰਵਕ ਆਪਣੇ ਲੀਡਰ ਕਹਿ ਰਹੇ ਆ ਤੇ ਆਪਾਂ ਨੂੰ ਵੀ ਸ਼ਾਂਤੀ ਬਣਾਉਣੀ ਚਾਹੀਦੀ ਹੈ ਜੀ ਤੇ ਦੇਖੋ ਆਪਾਂ ਇਸ ਹਿੰਦੁਸਤਾਨ ਦੇ ਵਾਸੀ ਆ ਇਹ ਆਪਣਾ ਮਨਸੂਬਾ ਨਹੀਂ ਹੈ ਕਿ ਆਪਾਂ ਆਪਦੇ ਹਿੰਦੁਸਤਾਨ ਨੂੰ ਨੁਕਸਾਨ ਪਹਚਾਈਏ ਠੀਕ ਹੈ ਜੀ ਜਿਹਾ ਉਹਦੇ ਵਾਸੀਆਂ ਸ਼ਾਇਦ ਇਹਹੀ ਕਾਰਨ ਹੈ ਕਿ ਕਿਸਾਨ ਆਗੂ ਨੇ ਜੋ ਨੇਤਾ ਹੈ اسی وجہ سے ਉਹਨਾਂ ਨੇ ਬੋਲਿਆ ਹੈ ਕਿ ਪੰਜ ਲੋਕ ਟਰੈਕਟਰ ਪਰ ਬੈਠेंगे ਟਰੋਲੀ ਨਹੀਂ ਜਾਏਗੀ ਕੋਈ ਹੁੜਦੰਗ ਨਹੀਂ ਕਰੇਗਾ ਅੱਗੇ ਬੋਨਟ ਪਰ ਨਹੀਂ ਬੈਠੇਗਾ ਦੇਖੋ ਜੀ ਸਾਡੇ ਅ ਇੱਥੇ ਅੱਜ ਆਪਾਂ ਨੂੰ 60ਵਾਂ ਦਿਨ ਹੋ ਗਿਆ ਸਾਨੂੰ ਇੱਥੇ ਬਿਲਕੁਲ 2 ਮਹੀਨੇ ਹੋ ਗਏ ਆ ਜੀ 2 ਮਹੀਨੇ ਇੱਥੇ ਹੋ ਗਏ 3 ਮਹੀਨੇ ਪੰਜਾਬ ਚ ਅਸੀਂ ਧਰਨਾ ਲਾਇਆ ਟੋਟਲ 5 ਮਹੀਨੇ ਹੋ ਗਏ ਜੀ ਸਾਡੇ ਕਿਸਾਨ ਆਗੂ ਇਹੀ ਕਹਿ ਰਹੇ ਆ ਕਿ ਤੁਸੀਂ ਜਿਹੜਾ ਆਪਣਾ ਪ੍ਰਦਰਸ਼ਨ ਸ਼ਾਂਤਮਈ ਕਰਨਾ ਜੀ ਤਫਰ ਆਪਾਂ ਨੂੰ ਉਹਨਾਂ ਦੇ ਜਿਹੜੇ ਹੈਗੇ ਨਾ ਉਹਨਾਂ ਦੇ ਬੋਲਾਂ ਤੇ ਫੁੱਲ ਚੜਾਉਣੇ ਚਾਹੀਦੇ ਆ ਜੀ ਠੀਕ ਹੈ ਜੀ ਆਪਾਂ ਨੂੰ ਸ਼ਾਂਤਮਈ ਹੀ ਰਹਿਣਾ ਚਾਹੀਦਾ ਜਿਵੇਂ ਉਹ ਕਹਿ ਰਿਹਾ ਉਹਨਾਂ ਦੇ ਅਕੋਰਡਿੰਗ ਹੀ ਰਹਿਣਾ ਚਾਹੀਦਾ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ تھے ہمارے ਸਾਥ ਮੁਖਤਸਰ ਕੇ ਕਿਸਾਨ ਜਿਨ੍ਹਾਂ ਨੇ ਸਾਫ਼ بتایا ਕਿ ਜੋ ਇਨਕੀ ਤਰਫ ਸੇ ਪੁਰਾਣੇ ਮਾਡਲ ਕੇ ਟਰੈਕਟਰ ਯਹਾਂ ਪਰ ਲਾਏ ਗਏ ਹੈ ਇੱਕ ਤਸਵੀਰ ਕੈਮਰਾਮੈਨ ਕੋ ਕਹੂੰਗਾ ਕਿ ਇਹ ਵਾਲੇ ਟਰੈਕਟਰ ਜੋ ਹੈ ਆਪ ਦੇਖ ਸਕਤੇ ਹੈ ਕਿ ਜੋ ਜ਼ਰੂਰੀ ਥਾ ਪੁਰਾਣੇ ਟਰੈਕਟਰ ਹੈ जो यहाँ पर जरूरी चीज़ है इनकी तरफ से सिर्फ वही रिपेयर करवाई गई या नया इक्विपमेंट उसमें लगवाया गया लेकिन इन्होंने साथ यह भी कहा कि जो किसान नेता बार बार बोल रहे थे कि हुरदंग करने वाल करने वाले जो लोग हैं वो दूर रहे और शायद यही कारण था कि जो नए ट्रैक्टर जो हैं कुछ नौजवानों की तरफ से चाहे उसमें डीजे सिस्टम हो या कुछ अलग तरीके से मॉडिफाई करवाना हो तो पंजाब के इस किसान ने बताया है कि वो चीज़ नहीं होनी चाहिए जो ज़रूरी चीज़ है या छोटे किसान हैं तो उन्होंने अपनी हैसियत के हिसाब से ही अपने ट्रैक्टर का, का काम करवाया लेकिन वो यहाँ पर ठंड में दो महीने से बैठे हैं तो ये नए खेती कानून जो हैं सरकार को वापस लेने चाहिए तो वहीं पुराने ट्रैक्टर आज किसान ट्रैक्टर मार्च में हिस्सा लेंगे टिकरी बॉर्डर से वीडियो जर्नलिस्ट राजेश कुमार के साथ ईटीवी भारत के लिए वरुण भट्ट